ਸਤਿ ਸ੍ਰੀ ਅਕਾਲ ਕਿਸਾਨ ਵੀਰੋ, ਮੇਰਾ ਨਾਮ ਜਗਜੀਤ ਸਿੰਘ ਅਤੇ ਮੈਂ ਤੁਹਾਡਾ ਸਵਾਗਤ ਕਰਦਾ ਆਪਣੇ ਯੂਟਿਊਬ ਚੈਨਲ ਸਿੱਧਕ ਡੇਅਰੀ ਫਾਰਮਿੰਗ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਇਹ ਸਿਖਾਇਆ ਜਾਵੇ ਕਿ ਪਸ਼ੂ ਦਾ ਆਪਾਂ ਬੋਡੀ ਵੇਟ ਕਿਵੇਂ ਮਾਪ ਸਕਦੇ ਹਾਂ। ਬਹੁਤੇ ਕਿਸਾਨ ਵੀਰ ਇਸ ਢੰਗ ਨੂੰ ਜਾਣਦੇ ਹੋਣਗੇ, ਪਰ ਜਿਹੜੇ ਨਵੇਂ ਆ ਉਹਨਾਂ ਲਈ ਮੇਰੀ ਇੱਕ ਕੋਸ਼ਿਸ਼ ਹੈ। ਅਤੇ ਇੱਕ ਗੱਲ ਹੋਰ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਕਿ ਮੈਂ ਬੋਡੀ ਵੇਟ ਤੋਂ ਲੈ ਕੇ ਉਸ ਤੋਂ ਬਾਅਦ 'ਚ ਪਸ਼ੂ ਦਾ ਡਰਾਈ ਮੈਟਰ, ਕਿੰਨਾ ਉਹਨੂੰ ਡਰਾਈ ਮੈਟਰ ਜਾਂ ਕਿੰਨੀ ਉਹਨੂੰ ਫੀਡ ਅਤੇ ਹਰੇ ਚਾਰੇ ਦੀ ਲੋੜ ਪੈਂਦੀ ਹੈ ਪਰ ਡੇ, ਉਹਦੇ ਸੰਬੰਧੀ ਅਤੇ ਉਸ ਤੋਂ ਅੱਗੇ ਉਹਦਾ ਪ੍ਰੋਟੀਨ ਬੈਲੈਂਸ ਕਰਨ ਤੱਕ ਦੀਆਂ ਵੀਡੀਓ ਬਣਾਊਂਗਾ। ਪਰ ਇਹ ਇਸ ਚੀਜ਼ 'ਤੇ ਨਿਰਭਰ ਕਰੂਗਾ ਕਿ ਤੁਹਾਡਾ ਰਿਸਪੋਂਸ ਇਸ ਵੀਡੀਓ ਨੂੰ ਕਿੱਦਾਂ ਦਾ ਰਹਿੰਦਾ। ਫਿਰ ਮੈਂ ਕੋਸ਼ਿਸ਼ ਕਰਦਾ ਜਾਊਂਗਾ ਕਿ ਪਾਰਟ 1, 2, 3 ਅੱਗੇ ਜਾ ਕੇ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦਾ ਰਹੂੰ। ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਿ ਜਿਨ੍ਹਾਂ ਨੇ ਮੇਰੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਦਿਓ ਜੇ, ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਕਿਸਾਨ ਵੀਰੋ, ਆਪਾਂ ਬੋਡੀ ਵੇਟ ਦੀ ਗੱਲ ਕਰਦੇ ਹਾਂ ਤਾਂ ਬੋਡੀ ਵੇਟ ਕਈ ਥਾਵਾਂ ਦੇ ਉੱਤੇ ਸਾਡੇ ਲਈ ਬਹੁਤ ਮਾਇਨੇ ਰੱਖਦਾ। ਜਿਵੇਂ ਬਹੁਤੇ ਵੀਰਾਂ ਦੇ ਕੁਐਸਚਨ ਹੁੰਦੇ ਆ ਕਿ ਪਸ਼ੂ ਨੂੰ AI ਆਪਾਂ ਨੂੰ ਕਦੋਂ ਕਰਾਉਣੀ ਚਾਹੀਦੀ ਹੈ, ਜਦੋਂ ਆਪਾਂ ਹਿਫਰ ਜੇ ਆਪਾਂ ਵੱਛੀਆਂ ਦੀ ਗੱਲ ਕਰੀਏ ਜਾਂ ਆਪਾਂ ਕੱਟੀਆਂ ਦੇ ਵਿੱਚ ਦੇਖਣਾ ਹੋਵੇ ਤਾਂ ਉਹਨਾਂ ਦੀ AI ਦਾ ਸਹੀ ਟਾਈਮ ਕਦੋਂ। ਤਾਂ ਕਿਸਾਨ ਵੀਰੋ, ਇਹਦੇ ਨਾਲ ਮਤਲਬ ਉਮਰ ਉਨਾ ਮੈਟਰ ਨਹੀਂ ਕਰਦੀ ਜਿੰਨਾ ਬੋਡੀ ਵੇਟ ਮੈਟਰ ਕਰਦਾ। ਜਦੋਂ ਤੁਹਾਡੀ ਵੱਛੀ ਜਾਂ ਕੱਟੀ 2.5 ਕੁਇੰਟਲ ਦੀ, ਯਾਨੀ 2 ਕੁਇੰਟਲ ਅਤੇ 50 ਕਿਲੋ ਦੀ ਹੋ ਜਾਂਦੀ ਹੈ, ਉਹਦਾ ਵੇਟ ਜਿਹੜਾ ਹੈਗਾ 2.5 ਕੁਇੰਟਲ ਤੋਂ ਉੱਤੇ ਚਲਾ ਜਾਂਦਾ, ਤਾਂ ਉਹਦਾ ਸਹੀ ਟਾਈਮ ਹੈ ਉਹਦੀ AI ਕਰਨ ਦਾ। ਅਤੇ ਪਸ਼ੂ ਵੀ ਆਮ ਤੌਰ 'ਤੇ ਹੀਟ ਉਦੋਂ ਹੀ ਕੱਢਦੇ ਜਦੋਂ ਉਹ ਆਪਣੇ ਕਰੈਕਟ ਬੋਡੀ ਵੇਟ ਦੇ ਕੋਲ ਪਹੁੰਚ ਜਾਂਦੇ ਆ। ਬਹੁਤੇ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ 4-4 ਸਾਲ ਦੀਆਂ ਕੱਟੀਆਂ ਜਾਂ 3 ਸਾਲ ਦੀ ਵੱਛੀ ਆਮ ਖੜੀ ਹੁੰਦੀ ਹੈ, ਤਾਂ ਲੋਕਾਂ ਦਾ ਸਵਾਲ ਹੁੰਦਾ ਕਿ ਇਹਦੀ ਇੰਨੀ ਏਜ ਹੋ ਗਈ ਪਰ ਇਹਦੀ ਹਜੇ ਤੱਕ AI ਨਹੀਂ ਹੋਈ ਜਾਂ ਇਹਨੇ ਹੀਟ ਨਹੀਂ ਕੱਢੀ। ਤਾਂ ਉਹਦੇ ਪਿੱਛੇ ਕਾਰਨ ਕੀ ਹੁੰਦਾ ਕਿ ਉਹ ਪਸ਼ੂ ਨੇ ਆਪਣਾ ਪ੍ਰੋਪਰ ਬੋਡੀ ਵੇਟ ਜਿਹੜਾ ਹੈਗਾ ਉਹ ਗੇਨ ਨਹੀਂ ਕੀਤਾ ਹੁੰਦਾ। ਕਿਸਾਨ ਵੀਰੋ, ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਪਸ਼ੂ ਦਾ ਆਪਾਂ ਬੋਡੀ ਵੇਟ ਕਿਵੇਂ ਮਾਪਣਾ। ਕੁਛ ਤਸਵੀਰਾਂ ਦੇ ਜ਼ਰੀਏ ਤੁਸੀਂ ਸਕਰੀਨ ਦੇ ਉੱਤੇ ਦੇਖੀ ਜਾਓਗੇ, ਕੁਛ ਮੈਂ ਇਸ ਬਲੈਕ ਬੋਰਡ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸਾਨ ਵੀਰੋ, ਤੁਸੀਂ ਕਰਨਾ ਕੀ ਹੈ ਕਿ ਪਸ਼ੂ ਦਾ ਜਿਹੜਾ ਹੈਗਾ ਉਹ ਘੇਰਾ ਮਾਪ ਲੈਣਾ। ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹਾਂ ਕਿ ਲਾਲ ਰੰਗ ਦੀ ਇੱਕ ਰੇਖਾ ਪਸ਼ੂ ਦੇ ਆਲੇ ਦੁਆਲੇ ਘੁੰਮਦੀ ਹੈ, ਤਾਂ ਉਸ ਦੇ ਜ਼ਰੀਏ ਤੁਸੀਂ ਉਹਦਾ ਘੇਰਾ ਮਾਪ ਲੈਣਾ। ਮੰਨ ਲਓ, ਸਪੋਜ਼ ਕਰੋ ਕਿ ਉਹ ਜਿਹੜਾ ਘੇਰਾ ਉਹ 56 ਇੰਚ ਆਉਂਦਾ ਹੈ। 56 ਇੰਚ ਘੇਰਾ ਜਿਹੜਾ ਹੈਗਾ ਜਦੋਂ ਆ ਜਾਂਦਾ ਤਾਂ ਉਹਨੂੰ ਕੀ ਕਰਨਾ, ਆਪਾਂ ਘੇਰੇ ਨੂੰ 2 ਵਾਰਾਂ ਆਪਸ ਵਿੱਚ ਗੁਣਾ ਕਰ ਲੈਣਾ। 56 ਗੁਣਾ 56, ਉਹ 56 ਗੁਣਾ 56 ਜਦੋਂ ਆਪਾਂ ਕਰਦੇ ਹਾਂ ਤਾਂ ਇਹਦਾ ਜਿਹੜਾ ਹੈਗਾ ਉਹ ਗੁਣਾ ਕਰਕੇ ਜਿਹੜਾ ਆਂਸਰ ਆਉਂਦਾ ਉਹ 3136 ਆ ਜਾਂਦਾ। ਇਹਦਾ ਜਿਹੜਾ ਆਂਸਰ ਆ ਜਾਂਦਾ। ਇਹ ਧਿਆਨ 'ਚ ਰੱਖਣਾ ਕਿ ਆਪਾਂ ਪਸ਼ੂ ਦਾ ਜਿਹੜਾ ਘੇਰਾ ਮਾਪਿਆ ਸੀਗਾ ਉਹਦੀਆਂ ਜਿਹੜੀਆਂ ਅਗਲੀਆਂ ਲੱਤਾਂ ਦੇ ਜਸਟ ਨਾਲ ਜਿਹੜਾ ਹੈਗਾ ਉਹ ਉਹਨੂੰ ਪ੍ਰੋਪਰ ਉੱਤੋਂ ਦੀ ਵਲ ਕੇ ਆਪਾਂ ਉਹ ਮਾਪ ਲਿਆ, ਉਹ 56 ਇੰਚ ਆਪਣੇ ਅਕੋਰਡਿੰਗ ਆਇਆ। ਇਹ ਇੱਕ ਐਗਜ਼ਾਮਪਲ ਆ ਕਿਸਾਨ ਵੀਰੋ, ਕੋਈ ਪਰਫੈਕਟ ਡਿਜਿਟ ਨਹੀਂ ਮੈਂ ਲਈ ਜਾਂ ਪ੍ਰੋਪਰ ਇਹ ਕੋਈ ਪ੍ਰੈਕਟੀਕਲ ਨਹੀਂ ਕਰ ਰਿਹਾ। ਦੂਜੀ ਗੱਲ ਕੀ ਕਰਨੀ, ਆਪਾਂ ਪਹਿਲੀ ਲੱਤ ਤੋਂ ਲੈ ਕੇ ਉਹਦੇ ਪਸ਼ੂ ਦੇ ਜਿਹੜਾ ਹੈਗਾ ਕੁੜੇ ਤੱਕ ਦੀ ਲੈਂਥ, ਉਹਦੀ ਲੰਬਾਈ ਕਿੰਨੀ ਬਣਦੀ ਹੈ, ਉਹ ਵੀ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹਾਂ। ਲਾਲ ਰੰਗ ਦੀ ਰੇਖਾ ਜਿਹੜੀ ਹੈਗੀ ਪਹਿਲੀ ਲੱਤ ਤੋਂ ਟੱਚ ਕਰਕੇ ਉਹਦੇ ਬੈਕ ਦੇ ਜਿਹੜੀ ਬੈਕ ਬੋਨ ਆ ਜਾਂਦੀ ਹੈ ਜਾਂ ਕਹਿ ਲਓ ਕਿ ਉਹਦੇ ਪੁੜੇ ਆ ਉੱਥੋਂ ਤੱਕ ਜਾ ਰਹੀ ਹੈ, ਤਾਂ ਉਹ ਲੈ ਲੈਣਾ। 70 ਸੈਂਟੀਮੀਟਰ ਆ ਗਈ ਮੰਨ ਲਓ, ਸਪੋਜ਼ ਕਰੋ ਜਦੋਂ 70 ਸੈਂਟੀਮੀਟਰ ਆ ਜਾਂਦੀ ਹੈ ਤਾਂ ਇਹਨੂੰ ਗੁਣਾ ਕਰ ਦੇਣਾ ਜਿਹੜਾ ਘੇਰੇ ਦਾ ਆਂਸਰ ਆਇਆ ਸੀਗਾ 3136 ਦੇ ਨਾਲ। ਇਹਦਾ ਉੱਤਰ ਆ ਜਾਂਦਾ 219,520। ਇੱਕ ਵਾਰ ਫਿਰ ਦੱਸ ਦਿੰਦਾ, ਘੇਰਾ ਸੀਗਾ 56 ਇੰਚ, ਘੇਰੇ ਨੂੰ ਘੇਰੇ ਦੇ ਨਾਲ ਜਦੋਂ ਗੁਣਾ ਕੀਤਾ 56 ਗੁਣਾ 56 ਤਾਂ 3136 ਆ ਗਿਆ। 3136 ਨੂੰ ਜਦੋਂ ਆਪਾਂ ਲੈਂਥ ਦੇ ਨਾਲ ਗੁਣਾ ਕਰਦੇ ਹਾਂ ਪਹਿਲੀਆਂ ਲੱਤਾਂ ਤੋਂ ਲੈ ਕੇ ਅਖੀਰਲੇ ਪੁੜੇ ਤੱਕ ਜਿਹੜੀ ਉਹਦੀ ਲੰਬਾਈ ਹੈ ਪਸ਼ੂ ਦੀ, ਤਾਂ ਉਹ ਆਪਾਂ ਇੱਕ ਐਗਜ਼ਾਮਪਲ ਲਈਏ, ਉਹ 70 ਇੰਚ ਆਪਾਂ ਲਈਏ। 70 ਇੰਚ ਗੁਣਾ 3136 ਜਿਹੜਾ ਘੇਰਾ ਸੀਗਾ ਉਹਦਾ ਆਂਸਰ ਆ ਗਿਆ 2,19,520। ਤਾਂ ਹੁਣ ਤੁਸੀਂ ਕੀ ਕਰਨਾ, ਜਿਹੜਾ ਇਹ 2,19,520 ਆਇਆ ਇਹਨੂੰ ਵੰਡ ਦੇਣਾ 660 ਦੇ ਨਾਲ। ਕਿਸਾਨ ਵੀਰੋ, ਧਿਆਨ 'ਚ ਰੱਖਿਓ ਜੇ ਜਿਹੜਾ ਇਹ ਆਂਸਰ ਆ ਜਾਂਦਾ ਉਸ ਤੋਂ ਬਾਅਦ 'ਚ ਉਹਨੂੰ 660 ਦੇ ਨਾਲ, ਤਾਂ ਇਹ ਪਸ਼ੂ ਦਾ ਜਿਹੜਾ ਬੋਡੀ ਵੇਟ ਆ ਉਹ 332 ਕੇਜੀ ਆ ਗਿਆ। ਇਹਦਾ ਆਂਸਰ ਜਿਹੜਾ ਹੈਗਾ
332.5 ला लो जां 6 है ये वैसे ता ये अपने कोल पशु दा जेड़ा बॉडी वेट है वो निकल के आ गया किसान वीरो ये तरीका सीखा जेड़ा पशु दा आपां बॉडी वेट किवें माप सकदे हैं उम्मीद करदा है कि जेड़े नवें किसान वीर है उन्हां नूं ये ढंग सौखा लगा होगा जो आपदे पशु दा बॉडी वेट माप के देखणगे तां उन्हां नूं पता लग जूगा बॉडी वेट कई गल्लां दे विच निर्भर करदा है अगे जाके पशु दा ड्राई मैटर उन्हूं फीड किन्नी देनी है जां हरा चारा किन्ना देना है अगर तुहाडे इस वीडियो नूं वधिया लाइक जां कमेंट्स वगैरह वधिया आउंदे आ तां मैं कोशिश करूंगा कि अगली वीडियो दे विच वी तुहानूं इह करके दिखावां अगे आपां पार्ट शुरू करांगे धन्नवाद किसान वीरो वीडियो नूं देखण